ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਸਾਹਮਣੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਇਆ ਹੈ। ਕੀ ਹਾਲ ਚਾਲ ਜੇ ਚੰਗੇ ਹੀ ਹੋ ਗਏ। ਸਭ ਤੋਂ ਪਹਿਲਾਂ ਤੁਹਾਡੇ ਅੱਗੇ ਅੱਜ ਮੇਰੀ ਗੁਜ਼ਾਰਿਸ਼ ਆ ਕਿ ਜੋ ਵੀ ਮੇਰੀ ਵੀਡੀਓ ਨੂੰ ਦੇਖਦਾ ਪਿਆ ਹੈ, ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜਿਹੜੀ ਨਾਲ ਘੰਟੀ ਜੀ ਬਣੀ ਆ ਉਹਨੂੰ ਜ਼ਰੂਰ ਦਬਾਓ। ਦੂਸਰੀ ਗੱਲ ਆਪਾਂ ਕਰਨ ਜਾ ਰਹੇ ਹਾਂ ਕਿ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਹੈ, ਵੀਕਨੈਸ ਹੈ, ਜਿਹਦੇ ਵਿੱਚ ਢਿੱਲਾਪਣ ਹੈ, ਟਾਈਮਿੰਗ ਦੀ ਕਮੀ ਹੈ, ਚਿਪ ਚਿਪੇ ਪਾਣੀ ਦੀ ਸ਼ਿਕਾਇਤ ਹੈ, ਜਦੋਂ ਕਿਸੇ ਨਾਲ ਗੱਲ ਕਰਦੇ ਨੇ ਫੋਨ 'ਤੇ ਤਣਾਅ ਆਉਂਦਾ ਹੈ, ਤਣਾਅ ਦੇ ਆਉਣ ਤੋਂ ਬਾਅਦ ਚਿਪ ਚਿਪਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਵਾਸਤੇ ਅਤੇ ਇੱਕ ਸੈਕਿੰਡ ਦੇ ਵਿੱਚ ਫਾਰਗ ਹੋ ਜਾਂਦੇ ਨੇ, ਬਸ ਆਉਣ ਜਾਣੀ ਕਰਦੇ ਨੇ, ਉਹਨਾਂ ਵਾਸਤੇ ਜੋ ਵੀ ਕਿਸੇ ਦੇ ਸਰੀਰ ਵਿੱਚ ਕਮੀ ਹੈ, ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੈ, ਵੀਕਨੈਸ ਹੈ, ਲੱਤਾਂ ਦਰਦ ਕਰਦੀਆਂ ਹੈ, ਬਦਨ ਦਰਦ ਕਰਦਾ ਹੈ, ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਦੇ ਨੇ ਸੁਪਨ ਦੋਸ਼ ਕਰਕੇ, ਧਾਂਦ ਕਰਕੇ, ਇਹਨਾਂ ਹਰ ਚੀਜ਼ ਦੀ ਸਾਡੇ ਕੋਲ ਮੈਡੀਸਨ ਮਿਲ ਜਾਂਦੀ ਹੈ। ਔਰਤਾਂ ਵਿੱਚ ਲਕੋਰੀਏ ਦੀ ਸ਼ਿਕਾਇਤ ਹੈ, ਅਗਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ, ਸੈਕਸ ਸੰਬੰਧੀ ਜਿੰਨੀਆਂ ਵੀ ਪ੍ਰੋਬਲਮ ਨੇ, ਜਿੰਨੀਆਂ ਵੀ ਇਹਦੇ ਵਿੱਚ ਸਮੱਸਿਆ ਵਾ, ਇਸ ਵਾਸਤੇ ਸਾਡੇ ਕੋਲੋਂ ਮੈਡੀਸਨ ਮਿਲ ਜਾਂਦੀ ਹੈ। ਅਗਰ ਕਿਸੇ ਨੇ ਸਾਡੇ ਕੋਲ ਮੈਡੀਸਨ ਲੈਣੀ ਹੋਵੇ ਤਾਂ ਉਹ ਸਾਨੂੰ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਅਤੇ ਸਾਡੇ ਨਾਲ ਵਟਸਐਪ 'ਤੇ ਗੱਲ ਕਰ ਸਕਦਾ ਹੈ, ਸਾਨੂੰ ਵਟਸਐਪ ਕਾਲ ਕਰ ਸਕਦਾ ਹੈ। ਪਰ ਵੀਰ ਜੀ, ਇੱਕੋ ਹੀ ਬੇਨਤੀ ਹੈ ਤੁਹਾਡੇ ਅੱਗੇ, ਹਮੇਸ਼ਾ ਹੀ ਮੈਂ ਕਰਦਾ ਵਾਂ ਕਿ ਬਿਨਾਂ ਗੱਲ ਤੋਂ ਸਵਾਦ ਲੈਣ ਵਾਲਾ ਬੰਦਾ ਫੋਨ ਨਾ ਕਰੇ ਸਾਨੂੰ, ਕਿਉਂਕਿ ਕਈ ਵਾਰ ਲੋਕ ਫੋਨ ਕਰਦੇ ਨੇ, ਦਸ ਦਸ ਪੰਦਰਾਂ ਮਿੰਟ ਤੱਕ ਗੱਲ ਕਰਦੇ ਰਹਿੰਦੇ ਨੇ, ਮੁੜ ਕੇ ਉਸ ਤੋਂ ਬਾਅਦ ਕਰਨਗੇ ਤੁਹਾਨੂੰ ਕਰਦੇ ਆ ਬਾਅਦ 'ਚ ਫੋਨ, ਅਸੀਂ ਨਾ ਉਹਨਾਂ ਦਾ ਫੋਨ ਆਉਂਦਾ ਹੈ ਅਤੇ ਕੰਮ ਖਤਮ। ਅਤੇ ਇਹ ਜੋ ਸਵਾਦ ਲੈ ਕੇ ਸਾਨੂੰ ਛੱਡਦੇ ਨੇ, ਇਹਨਾਂ ਤੋਂ ਮੁੜ ਕੇ ਅਸੀਂ ਖਿੱਚ ਜਾਂਦੇ ਹਾਂ ਅਤੇ ਮੁੜ ਕੇ ਜਿਹੜਾ ਕਿਸੇ ਚਾਹੀਦੇ ਬੰਦੇ ਦਾ, ਜਿਹਨੇ ਵਿਚਾਰੇ ਨੇ ਦਵਾਈ ਲੈਣੀ ਹੁੰਦੀ ਆ, ਉਹਦਾ ਫੋਨ ਵੀ ਨਹੀਂ ਚੁੱਕਿਆ ਜਾਂਦਾ। ਲੋਕ ਮੈਨੂੰ ਯੂਟਿਊਬ 'ਤੇ ਕਹਿੰਦੇ ਤੁਹਾਡਾ ਫੋਨ ਨਹੀਂ ਚੁੱਕਦਾ। ਵੀਰ ਜੀ, ਮੈਂ ਇੰਨਾ ਪਰੇਸ਼ਾਨ ਹਾਂ ਇਹਨਾਂ ਸਵਾਦ ਵਾਲਿਆਂ ਫੋਨਾਂ ਤੋਂ ਕਿ ਤੁਹਾਨੂੰ ਕੀ ਦੱਸਾਂ। ਪੰਜ ਸੱਤ ਮਿੰਟ ਗੱਲ ਕਰਦੇ ਰਹਿੰਦੇ ਆ, ਪਹਿਲਾਂ ਗੱਲ ਕਰਦੇ ਰਹੇ, ਪਹਿਲਾਂ ਸਾਰੇ ਸਵਾਲ ਪੁੱਛਣਗੇ, ਸਵਾਲ ਪੁੱਛਣ ਤੋਂ ਬਾਅਦ ਮੁੜ ਕੇ ਹੌਲੀ ਜਿਹੀ ਕਹਿ ਦੇਣਗੇ ਤੁਹਾਨੂੰ ਕਰਦੇ ਫੋਨ ਅਸੀਂ। ਹੁਣ ਕਿ ਵੀਰ ਜੀ, ਪਹਿਲਾਂ ਹੀ ਸਲਾਹ ਬਣਾ ਕੇ ਆਇਆ ਕਰੋ ਮਨ ਦੇ ਵਿੱਚ ਕਿ ਦਵਾਈ ਲੈਣੀ ਕਿ ਨਹੀਂ ਲੈਣੀ, ਬਾਅਦ 'ਚ ਕੀ ਕਿਹਨੂੰ ਕਿੰਨਾ ਸਲਾਹ ਕਰਨੀ ਤੁਸੀਂ। ਐਵੇਂ ਬਿਨਾਂ ਗੱਲ ਤੋਂ ਸਵਾਦ ਲੈਣ ਵਾਲਾ ਬੰਦਾ ਸਾਨੂੰ ਬਿਲਕੁਲ ਫੋਨ ਨਾ ਕਰੇ, ਅਤੇ ਕਿਉਂਕਿ ਸਾਡਾ ਵੀ ਸਮਾਂ ਕੀਮਤੀ, ਤੁਹਾਡਾ ਸਮਾਂ ਵੀ ਕੀਮਤੀ ਆ। ਐਵੇਂ ਬਿਨਾਂ ਗੱਲ ਤੋਂ ਸਲਾਹਾਂ ਅਸੀਂ ਨਹੀਂ ਦੇ ਸਕਦੇ ਕਿਸੇ ਨੂੰ। ਅਗਰ ਕਿਸੇ ਨੇ ਨੁਸਖਾ ਆ ਬਣਾਉਣਾ ਹੁੰਦਾ ਵਾ ਤਾਂ ਅਸੀਂ ਯੂਟਿਊਬ 'ਤੇ ਹਰ ਤਰ੍ਹਾਂ ਦੀ ਵੀਡੀਓ ਪਾਈ ਆ, ਤੁਸੀਂ ਉੱਥੋਂ ਵੇਖ ਕੇ ਬਣਾ ਸਕਦੇ ਤੇ ਜੋ ਵੀ ਬਣਾਉਣਾ ਚਾਹੁੰਦੇ ਤੇ ਉੱਥੇ ਅਸੀਂ ਪੂਰੀ ਜਾਣਕਾਰੀ ਦਿੰਦੇ ਹਾਂ ਚੀਜ਼ ਵਾਸਤੇ। ਅਤੇ ਜੇ ਸਾਨੂੰ ਫੋਨ ਕਰਨਾ ਵਾ, ਸਾਡੇ ਕੋਲ ਮੈਡੀਸਨ ਲੈਣ ਵਾਸਤੇ ਫੋਨ ਕਰਨਾ ਵਾ, ਤਾਂ ਕਿਰਪਾ ਕਰਕੇ ਫਿਰ ਬਿਨਾਂ ਗੱਲ ਤੋਂ ਸਲਾਹ ਨਾ ਲਿਆ ਕਰੋ। ਜੇ ਕਿਸੇ ਨੇ ਮੈਡੀਸਨ ਲੈਣੀ ਹੁੰਦੀ ਆ, ਅਗਰ ਇਰਾਦਾ ਬਣਾਇਆ ਹੁੰਦਾ ਹੈ, ਅਗਰ ਕਿਸੇ ਨੂੰ ਕੋਈ ਕਮਜ਼ੋਰੀ ਹੁੰਦੀ ਆ, ਕਿਸੇ ਨੂੰ ਵੀਕਨੈਸ ਹੁੰਦੀ ਆ, ਉਹ ਸਾਨੂੰ ਫੋਨ ਕਰੇ ਕਿ ਮੈਂ ਮੈਡੀਸਨ ਲੈਣੀ ਆ ਭਾਅ ਜੀ, ਮੈਨੂੰ ਆਹ ਪ੍ਰੋਬਲਮ ਹੈ। ਕਿਉਂਕਿ ਵੀਰ ਜੀ, ਅਸੀਂ ਯੂਟਿਊਬ 'ਤੇ ਕੰਮ ਕਰਦੇ ਹਾਂ, ਲੋਕਾਂ ਦੇ ਵਾਸਤੇ ਕੰਮ ਕਰਦੇ ਹਾਂ, ਤੁਹਾਡੇ ਵਾਸਤੇ ਹੀ ਕੰਮ ਕਰਦੇ ਹਾਂ, ਪਰ ਸਾਨੂੰ ਉਹ ਫੋਨ ਕਰੇਗਾ ਲੋੜਵੰਦ ਆ। ਐਵੇਂ ਸਲਾਹਾਂ ਜਾਂ ਬਿਨਾਂ ਗੱਲ ਤੋਂ ਸਵਾਦ ਲੈਣ ਵਾਲਾ ਬਿਲਕੁਲ ਫੋਨ ਨਾ ਕਰੇ। ਅਤੇ ਜਿੰਨੇ ਵੀਰ ਜੀ ਸਾਡੇ ਕੋਲ ਦਵਾਈ ਲੈਣੀ ਹੋਵੇ, ਉਹ ਸਾਨੂੰ ਫੋਨ ਕਰ ਸਕਦਾ ਵਾ। ਅਤੇ ਇਹ ਦਿੱਤਾ ਮੇਰਾ ਨੰਬਰ ਸਕਰੀਨ ਦੇ ਉੱਤੇ ਆ ਰਿਹਾ, ਚੱਲਣ ਰਿਹਾ ਵਾ, ਇਸ ਨੰਬਰ 'ਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਰਹੇ, ਚਾਹੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ, ਢਿੱਲਾਪਣ ਹੈ, ਚਾਹੇ ਕੋਈ ਵੀ ਸਮੱਸਿਆ ਹੈ, ਉਹਦੇ ਵਾਸਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਰਹੇ, ਅਸੀਂ ਤੁਹਾਨੂੰ ਮੈਡੀਸਨ ਭੇਜ ਦਾਂਗੇ। ਚਾਹੇ ਤੁਸੀਂ ਕਿਤੇ ਵੀ ਬੈਠੇ ਜੇ, ਸਾਡੀ ਕਾਫੀ ਦੇਸ਼ਾਂ ਵਿੱਚ ਮੈਡੀਸਨ ਜਾਂਦੀ ਹੈ, ਅਰਬ ਕੰਟਰੀ ਨੂੰ ਛੱਡ ਕੇ, ਜਿਸ ਤਰ੍ਹਾਂ ਦੁਬਈ ਹੋਇਆ, ਕੁਵੈਤ ਹੋਇਆ, ਇਹਨਾਂ ਵਿੱਚ ਸਾਡੀ ਮੈਡੀਸਨ ਨਹੀਂ ਜਾ ਰਹੀ। ਬਾਕੀ ਜਿਹੜੀਆਂ ਆਸਟ੍ਰੇਲੀਆ ਵਾ, ਜਿਸ ਤਰ੍ਹਾਂ USA ਆ, ਕੈਨੇਡਾ ਵਾ, ਇੰਗਲੈਂਡ ਆ, ਇਹਨਾਂ ਦੇਸ਼ਾਂ ਵਿੱਚ ਸਾਡੀ ਮੈਡੀਸਨ ਬੜੇ ਆਰਾਮ ਨਾਲ ਜਾ ਰਹੀ ਹੈ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰੋ, ਪ੍ਰਿੰਸ ਦੇਸੀ ਨੁਸਖੇ ਇੰਸਟਾਗ੍ਰਾਮ 'ਤੇ ਮੇਰਾ ਪੇਜ ਹੈ। ਧੰਨਵਾਦ।